फर्स्ट ऑफ ऑल थैंक यू सो मच, सारे का बहुत बहुत धन्यवाद निघे स्वागत करन दा। अज बहुत चंगा लगा ते मन भरिया भी बहुत आ कि उन्होंने इत्थे साढ़े बजुर्ग साढ़े बच्चे किहो जिहे हालातों विच रह रहे ने, पर अज असी बहुत ही अपने आप नूं किस्मत वाले समझदे हां कि सानूं परहार साहब जी दे दौरान इत्थे सेवा करन दा मौका मिलिया। इन्हां दे शुक्रगुजार हां असी जो सानूं इंट्रोड्यूस किया, अज परिवार दे असी मिले हां, छोटी जी बच्चे आ इत्थे ਤਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਇੱਕ ਘਰ ਬਣੇਗਾ, ਰਾਈਟ, ਅਤੇ ਉਹਨਾਂ ਨੂੰ ਰਹਿਣ ਦਾ ਉਹਦੇ ਵਿੱਚ ਮੌਕਾ ਮਿਲੂਗਾ ਅਤੇ ਸਾਡੇ ਮਨ ਨੂੰ ਵੀ ਬਹੁਤ ਖੁਸ਼ੀ ਹੋਊਗੀ। ਸੋ ਬੜਾ ਚੰਗਾ ਲੱਗਾ ਅਤੇ ਦਿਲੋਂ ਅਰਦਾਸ ਕਰਦੇ ਹਾਂ ਕਿ ਇਹਦੇ ਵਿੱਚ ਇਸ ਪ੍ਰੋਜੈਕਟ ਦੇ ਵਿੱਚ ਜਿਹੜੇ ਵੀ ਜੁੜੇ ਹਨ, ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀਆਂ ਦੇਵੇ, ਮਿਹਨਤ ਦਾ ਬਲ ਬਖਸ਼ੇ ਅਤੇ ਉਹਨਾਂ ਨੂੰ ਕਾਮਯਾਬੀ ਦੇਵੇ ਤਾਂ ਕਿ ਅਸੀਂ ਇਸ ਪ੍ਰੋਜੈਕਟ ਨੂੰ ਵੱਧ ਤੋਂ ਵੱਧ ਅਗਾਂਹ ਲੈ ਕੇ ਚੱਲੀਏ। ਬਾਕੀ ਗੁਰਮਤਿ ਐਜੂਕੇਸ਼ਨ ਸੁਸਾਇਟੀ ਜੋ ਅੱਜ ਤੋਂ 2-4 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ, ਅਸੀਂ ਬੱਚਿਆਂ ਦੀ ਐਜੂਕੇਸ਼ਨ ਦੇ ਉੱਪਰ ਕੰਮ ਕਰਦੇ ਹਾਂ। ਇਸ ਵਕਤ ਸਾਡੇ ਤੋਂ 300 ਤੋਂ ਵੱਧ ਸਟੂਡੈਂਟਸ ਹਨ ਜੋ ਐਜੂਕੇਸ਼ਨ ਲੈ ਰਹੇ ਹਨ, 9th grade ਤੋਂ ਲੈ ਕੇ ਆਲ ਦਾ ਵੇ PhD ਤੱਕ ਸਾਡੇ ਪਾਸ ਸਟੂਡੈਂਟ ਹਨ। ਜਿਹੜਾ ਵੀ ਬੱਚਾ ਪੜ੍ਹਨਾ ਚਾਹੁੰਦਾ ਹੈ ਉਹਨੂੰ ਅਸੀਂ ਬਿਲਕੁਲ ਡੈਫੀਨੇਟਲੀ ਪੜ੍ਹਾਉਂਦੇ ਹਾਂ। ਉਹਨਾਂ ਦੇ ਵਾਕਿਆ ਸਰਵੇ ਕੀਤੇ ਜਾਂਦੇ ਆ, ਬੱਚਿਆਂ ਨੂੰ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਉਹਨਾਂ ਦੀਆਂ ਜ਼ੂਮ ਕਾਲਸ ਅਤੇ ਮੀਟਿੰਗਸ ਲਈ ਜਾਂਦੀਆਂ ਹਨ, ਉਹਨਾਂ ਦੇ ਸੈਮੀਨਾਰ ਵੀ ਲਗਾਏ ਜਾਂਦੇ ਹਨ। ਸੋ ਹਰੇਕ ਤਰ੍ਹਾਂ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਆ, ਜੋਬ ਰਿਪਲੇਸਮੈਂਟ ਬਾਰੇ ਵੀ ਦੱਸਿਆ ਜਾਂਦਾ ਆ। ਸੋ ਜਿੰਨਾ ਵੀ ਅਸੀਂ ਯੋਗਦਾਨ ਕਰ ਸਕਦੇ ਹਾਂ ਦੂਰ ਬੈਠੇ, ਅਸੀਂ ਆਪਣੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਕਰਦੇ ਰਹੀਏ, ਪਰ ਸਾਨੂੰ ਤੁਹਾਡੇ ਸਹਿਯੋਗ ਦੇ, ਤੁਹਾਡੇ ਪਿਆਰ ਦੇ, ਸਾਡਾ ਹਿੰਮਤ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਪਿਆਰ ਮਿਲਦਾ ਰਹੇ ਤਾਂ ਅਸੀਂ ਆਪਣੇ ਪ੍ਰੋਜੈਕਟ ਨੂੰ ਅਗਾਂਹ ਵਧਾਉਂਦੇ ਰਹਾਂਗੇ। ਥੈਂਕ ਯੂ। ਪਿੰਡ ਅੱਜੋਵਾਲ ਵਿੱਚ ਹੁਸ਼ਿਆਰਪੁਰ ਨੇੜੇ ਸਿਗਲੀਗਰ ਬਸਤੀ ਦੇ ਵਿੱਚ ਜੰਡਾ ਪਰਿਵਾਰ, ਸਰਦਾਰ ਮਨਜੀਤ ਸਿੰਘ ਜੰਡਾ ਅਤੇ ਬੀਬੀ ਇੰਦਰਜੀਤ ਕੌਰ ਜੰਡਾ USA ਤੋਂ ਇਹ ਪਹਿਲੀ ਵਾਰ ਆਏ ਹਨ। ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। 2 ਲੋੜਵੰਦ ਵਿਅਕਤੀਆਂ ਦੇ, ਇੱਕ ਵਿਧਵਾ ਔਰਤ ਅਤੇ ਇੱਕ ਹੋਰ ਅਪਾਹਜ ਫੈਮਿਲੀ ਦਾ, ਇਹਨਾਂ ਨੇ ਪਹਿਲਾਂ ਹੀ ਘਰ ਬਣਾ ਕੇ ਯੋਗਦਾਨ ਪਾ ਚੁੱਕੇ ਹਨ ਅਤੇ ਅੱਜ ਆਏ ਤਾਂ ਇਹ ਕਹਿੰਦੇ 3 ਘਰਾਂ ਦਾ ਨੀਂਹ ਪੱਥਰ ਰੱਖਣਾ ਹੈ ਅਤੇ ਪਹਿਲੀ ਵਾਰ ਹੋਇਆ ਕਿ ਅਸੀਂ, ਨਹੀਂ ਤਾਂ ਇੱਕ ਇੱਕ ਘਰ ਦਾ ਹੀ ਰੱਖਦੇ ਹੁੰਦੇ ਸੀ। ਪਹਿਲੀ ਵਾਰ ਹੋਇਆ ਕਿ ਇਹਨਾਂ ਦੀ ਹਿੰਮਤ ਅਤੇ ਇਹਨਾਂ ਦੇ ਯੋਗਦਾਨ ਦੇ ਨਾਲ ਅਸੀਂ ਅੱਜ 3 ਘਰਾਂ ਦਾ ਨੀਂਹ ਪੱਥਰ ਰੱਖ ਰਹੇ ਹਾਂ। ਉਹਨਾਂ ਦੇ ਵਿੱਚ ਇੱਕ ਵਿਧਵਾ ਔਰਤ ਹੈ, 3-4 ਬੱਚੇ ਆ ਉਹਦੇ, ਇੱਕ ਪਾਜ ਪਰਿਵਾਰ ਹੈ, ਉਹ ਤੁਰ ਫਿਰ ਨਹੀਂ ਸਕਦਾ, ਵੀਲਚੇਅਰ 'ਤੇ ਹੈ, ਅਤੇ ਤੀਜਾ ਇੱਕ ਲਾਰਜ ਫੈਮਿਲੀ ਹੈ, ਕੁੜੀਆਂ ਹਨ ਉਹਨਾਂ ਦੇ, ਅਤੇ 3 ਪਰਿਵਾਰਾਂ ਨੂੰ ਅੱਜ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ। ਜਿਸ ਲਈ ਮੈਂ ਜੰਡਾ ਫੈਮਿਲੀ ਦਾ ਅਤੇ ਉਹਨਾਂ ਦੇ ਮਾਤਾ ਜੀ ਆਏ ਹਨ, ਫਾਦਰ ਸਾਹਿਬ ਆਏ ਹਨ, ਸਹੁਰਾ ਸਾਹਿਬ ਆਏ ਹਨ ਅਤੇ ਹੋਰ ਰੈਲੇਟਿਵ, ਸਾਰਿਆਂ ਦਾ ਬੇਹੱਦ ਧੰਨਵਾਦ। ਅਤੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਫਿਰ ਇੱਕ ਵਾਰ ਅਸੀਂ ਕਹਿੰਦੇ ਕਿ ਇਹ ਪ੍ਰੋਜੈਕਟ ਜੋ ਹੈ ਇਹ ਅਸੀਂ ਕੋ ਬਾਬੇ ਨਾਨਕ ਦੀ ਮਿਹਰ ਨਾਲ ਹੀ ਚੱਲ ਰਿਹਾ, ਉੱਪਰੋਂ ਕੋਈ ਸਾਡਾ ਕੋਈ ਐਡਾ ਯੋਗਦਾਨ ਇੰਨਾ ਹੈ ਨਹੀਂ ਜਿੰਨਾ ਦਿਖ ਰਿਹਾ। ਇਹ ਤਾਂ ਉੱਪਰ ਵਾਲੇ ਹਰ ਇੱਕ ਦਾ ਸੁਪਨਾ ਹੁੰਦਾ ਕਿ ਉਹਨਾਂ ਦਾ ਆਪਣਾ ਇੱਕ ਘਰ ਹੋਵੇ, ਅਤੇ ਤੁਸੀਂ ਉਹਨਾਂ ਦੇ ਸੁਪਨੇ ਜਿਹੜੇ ਪੂਰੇ ਕਰਨ ਜਾ ਰਹੇ, ਹੁਣ ਤੱਕ ਕਿੰਨੇ ਪਰਿਵਾਰਾਂ ਨੂੰ ਜਿਹੜਾ ਘਰ ਬਣਾ ਕੇ ਦੇ ਜਾਓ? ਹੁਣ ਤੱਕ 85 ਹੋ ਗਏ ਜੀ, ਆਹ 3 ਹੋਰ ਸ਼ੁਰੂ ਕਰ ਰਹੇ ਹਾਂ, 88 ਹੋ ਜਾਣਗੇ, ਅਤੇ 3-4 ਹੋਰ ਅਸੀਂ ਛੇਤੀ ਸ਼ੁਰੂ ਕਰ ਰਹੇ, 90 ਤੋਂ ਉੱਪਰ ਜਲਦੀ ਹੋ ਜਾਊਗਾ।